ਜਿਹੜੇ ਵੀਰ ਕੱਲ੍ਹ ਜੇਲ੍ਹ ਤੋਂ ਰਿਹਾ ਹੋਏ ਨੇ ਉਹ ਸਾਡੇ ਜਿਹੜੇ ਲੀਗਲ ਪੈਨਲ ਹੈ ਜਿਵੇਂ ਭਾਅ ਜੀ ਹਰੀ ਜਿਹੜੇ ਵਕੀਲ ਭਾਅ ਜੀ ਨੇ ਢਿੱਲੋਂ ਸਾਹਿਬ ਹਰੀ ਨੇ ਸਾਰੇ ਇਹਨਾਂ ਦਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਗਲ ਟੀਮ ਦਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਤੇ ਉਹਨਾਂ ਨੂੰ ਸਰੋਪੇ ਦਿੱਤੇ ਆ ਇਹ ਵੀਰ ਨੇ ਸਾਰੇ ਜਿਹੜੇ ਕੱਲ੍ਹ ਜੇਲ੍ਹ 'ਚੋਂ ਰਿਹਾ ਹੋਏ ਸੀਗੇ ਵੀਰਾਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਇਹ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਫ਼ਤਰ ਹੈ ਉਹਦੇ ਵਿੱਚ ਹਾਂ ਅਤੇ ਵੀਰਾਂ ਨੇ ਜਿਹੜੇ ਕੱਲ੍ਹ ਜੇਲ੍ਹ 'ਚੋਂ ਰਿਹਾ ਹੋਏ ਨੇ ਉਹਨਾਂ ਧੰਨਵਾਦ ਕੀਤਾ ਲੀਗਲ ਪੈਨਲ ਦਾ ਅਤੇ ਸਾਰੇ ਵਕੀਲ ਵੀਰਾਂ ਦਾ ਚੱਲ ਰਹੀ ਹੈ ਜੀ ਹਾਂਜੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੈਂ ਪ੍ਰੇਮ ਸਿੰਘ ਭੰਗੂ ਅਤੇ ਰਮਿੰਦਰ ਸਿੰਘ ਪਟਿਆਲਾ ਲੀਗਲ ਪੈਨਲ ਦੇ ਦੋ ਮੈਂਬਰ ਅੱਜ ਅਸੀਂ ਗੁਰਦੁਆਰਾ ਰਖਾਵਗੰਜ ਸਾਹਿਬ ਵੀ ਪਹੁੰਚੇ ਜਿੱਥੇ ਕਾਲੋਂ ਸਾਹਿਬ ਢਿੱਲੋਂ ਸਾਹਿਬ ਗੁਰਮੁਖ ਸਿੰਘ ਜੀ ਸਾਡੇ ਵਕੀਲ ਸਾਹਿਬਾਨ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਆਹ 11 ਨੌਜਵਾਨ ਮੋਗਾ ਤਤਾਰੀ ਵਾਲੇ ਪਿੰਡ ਤੋਂ ਜਿਨ੍ਹਾਂ ਨੂੰ 26 ਤਰੀਕ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਬੇਦੋਸ਼ੇ ਲੋਕਾਂ ਨੂੰ ਫੜ ਕੇ ਅੰਦਰ ਕੀਤਾ ਸੀ ਉਹਨਾਂ ਦੀਆਂ ਕੱਲ੍ਹ ਜ਼ਮਾਨਤਾਂ ਹੋਈਆਂ ਨੇ ਅਤੇ ਉਹ ਸਾਰੇ ਬਹੁਤ ਹੌਸਲਿਆਂ ਦੇ ਵਿੱਚ ਨੇ ਸਾਰਿਆਂ ਨੇ ਸਾਨੂੰ ਇਹ ਦੱਸਿਆ ਕਿ ਉਹ ਆਪਣੇ ਪਿੰਡ ਵਾਪਸ ਜਾ ਕੇ ਇੱਕ ਵਾਰ ਦੁਬਾਰਾ ਫਿਰ ਮੋਰਚਿਆਂ ਨੂੰ ਪਰਤਣਗੇ ਟਿੱਕਰੀ ਤੋਂ ਗ੍ਰਿਫਤਾਰ ਕੀਤਾ ਸੀ ਸਿੰਘੂ ਵਾਲੇ ਸਿੰਘੂ ਆਉਣਗੇ ਇਸ ਗੱਲ ਨਾਲ ਜਿੱਥੇ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਬਹੁਤ ਉਤਸ਼ਾਹ ਹੋਇਆ ਔਰ ਮੋਰਚੇ ਨੂੰ ਬਹੁਤ ਬਲ ਮਿਲਿਆ ਤਾਂ ਮੈਂ ਇਸ ਗੱਲ ਦੇ ਲਈ ਸਾਰੀ ਆਪਣੀ ਸਤਿਕਾਰਯੋਗ ਲੀਗਲ ਪੈਨਲ ਦਾ ਸਤਿਕਾਰਯੋਗ ਟੀਮ ਦਾ ਜਿਹੜੀ ਗੁਰਦੁਆਰਾ ਸਿੰਘ ਸਖ਼ਤ ਮਿਹਨਤ ਕਰ ਰਹੀ ਹੈ ਔਰ ਇਹਨਾਂ ਨੌਜਵਾਨਾਂ ਦਾ ਤਹਿ ਦਿਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਹੁਤ ਧੰਨਵਾਦ ਕਰਦਾ ਹੈ ਔਰ ਇਹ ਉਮੀਦ ਕਰਦਾ ਹੈ ਕਿ ਇਹਨਾਂ ਦੀ ਸਖ਼ਤ ਮਿਹਨਤ ਕਰਕੇ ਦੁਬਾਰਾ ਮੋਰਚਾ 'ਤੇ ਆਉਣਗੇ ਇਹ ਮੋਰਚਾ ਹੋਰ ਬੁਲੰਦੀਆਂ ਵੱਲ ਹੋਰ ਸਿਖਰਾਂ ਵੱਲ ਜਾਏਗਾ ਔਰ ਉਹ ਲੜਾਈ ਜਿਹੜੀ ਅਸੀਂ ਸ਼ੁਰੂ ਕੀਤੀ ਹੈ 3 ਮਹੀਨੇ ਤੋਂ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ MSP ਦੇ ਕਾਨੂੰਨ ਲੈਣ ਲਈ ਉਹ ਲੜਾਈ ਜਿੱਤ ਕੇ ਅਸੀਂ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ ਬਹੁਤ ਬਹੁਤ ਧੰਨਵਾਦ ਵੀਰਾਂ ਨੇ ਸਾਨੂੰ ਇਹੀ ਤਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਨੂੰ ਜੋ ਕਿਸਾਨ ਮੋਰਚਾ ਨੇ ਜ਼ਿੰਮੇਵਾਰੀ ਦਿੱਤੀ ਸੀ ਇਹਨਾਂ ਨੇ ਸਾਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਆ ਮੈਂ ਸਮਝਦਾ ਵੀ ਇਹ ਸਾਡੇ 'ਤੇ ਸਗੋਂ ਵੱਧ ਜ਼ਿੰਮੇਵਾਰੀ ਪੈ ਗਈ ਹੈ ਕਿ ਅਸੀਂ ਇਸ ਭੋਲ ਨੂੰ ਸਿਰੇ ਲਾ ਕੇ ਅਤੇ ਜੇਤੂ ਹੋ ਕੇ ਪਰਤੀ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਾਲੂ ਸਾਹਿਬ ਜੀ ਪਲੀਜ਼ ਦੇਖੋ ਜੀ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਇਸ ਗੱਲ ਦੀ ਆ ਕਿ ਇਹ ਸਾਰੇ ਜਿਹੜੇ ਵੀਰ ਹੈ ਇਹ ਪੂਰੇ ਜਜ਼ਬੇ ਦੇ ਵਿੱਚ ਆ ਔਰ ਇਹਨਾਂ ਦੇ ਹੌਸਲੇ ਬੁਲੰਦ ਹੈ ਔਰ ਇਹਨਾਂ ਦੇ ਅੰਦਰ ਇਹ ਹੌਸਲਾ ਹੈ ਕਿ ਅਸੀਂ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਵਾਪਸ ਨਹੀਂ ਜਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭੰਗੂ ਸਾਹਿਬ ਅਤੇ ਰਮਿੰਦਰ ਜੀ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਸਾਡੀ ਸਾਰੀ ਲੀਗਲ ਟੀਮ ਜਿਸ ਤਰੀਕੇ ਦੇ ਨਾਲ ਹੁਣ ਤੱਕ 115 ਦੇ ਕਰੀਬ ਆਪਣੇ ਵੀਰਾਂ ਨੂੰ 119 ਦੇ ਕਰੀਬ ਆਪਾਂ ਜਿਹੜੇ ਆ ਬਾਹਰ ਜੇਲ੍ਹ ਤੋਂ ਕਢਵਾਏ ਆ ਅਤੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਨਿਰੰਤਰ ਮਿਹਨਤ ਕਰ ਰਹੇ ਹਾਂ ਔਰ ਬਹੁਤ ਜਲਦੀ ਉਹ ਵੀ ਸਾਰੇ ਬਾਹਰ ਹੋਣਗੇ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਜਿੱਤ ਆ ਇਹ ਜਿਹੜੀ ਧੱਕੇਸ਼ਾਹੀ ਸੀ ਪੁਲਿਸ ਦੀ ਉਹਦੀ ਹਾਰ ਹੈ ਔਰ ਜੁਡੀਸ਼ਰੀ ਨੇ ਇਸ ਗੱਲ ਨੂੰ ਬਿਲਕੁਲ ਸਮਝਿਆ ਹੈ ਤਾਂ ਹੀ ਇੰਨੀ ਜਲਦੀ ਜਿਹੜੀਆਂ ਇੰਨੀਆਂ ਸੰਗੀਨ ਧਾਰਾਵਾਂ ਵਾਲੀਆਂ ਕੇਸਾਂ ਦੇ ਵਿੱਚ ਜ਼ਮਾਨਤਾਂ ਕੀਤੀਆਂ ਗਈਆਂ ਕਿ ਜੁਡੀਸ਼ਰੀ ਨੇ ਵੀ ਇਸ ਗੱਲ ਨੂੰ ਰਿਅਲਾਈਜ਼ ਕੀਤਾ ਹੈ ਕਿ ਇਹ ਧੱਕੇਸ਼ਾਹੀ ਹੋਈ ਹੈ ਇਹਨਾਂ ਦੇ ਨਾਲ ਇਹ ਬਿਲਕੁਲ ਨਿਰਦੋਸ਼ ਸੀ ਇਹਨਾਂ ਨੂੰ ਚੁੱਕਿਆ ਗਿਆ ਇਹਨਾਂ ਦਾ ਕੋਈ ਕਿਤੇ ਇਹੋ ਜਿਹਾ ਕੋਈ ਦੋਸ਼ ਨਹੀਂ ਸੀ ਸੋ ਮੈਂ ਸਾਰਿਆਂ ਨੂੰ ਇਹਨਾਂ ਨੂੰ ਆਪਣੇ ਵੀਰਾਂ ਨੂੰ ਵਧਾਈ ਦਿੰਦਾ ਵੀ ਇਹਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਦੇ ਹੌਸਲੇ ਬੁਲੰਦ ਹੈ ਭੰਗੂ ਸਾਹਿਬ ਜਿਸ ਤਰੀਕੇ ਦੇ ਨਾਲ ਮਿਹਨਤ ਕਰ ਰਹੇ ਆ ਰੋਜ਼ ਆ ਕੇ ਸਾਡੇ ਨਾਲ ਇੱਥੇ ਮੀਟਿੰਗ ਕਰਕੇ ਡਿਸਕਸ ਕਰਕੇ ਵਿਚਾਰ ਕਰਕੇ ਅਸੀਂ ਫਿਰ ਸਾਰਾ ਸਾਂਝਾ ਜਿਹੜਾ ਇਹ ਕੰਮ ਚੱਲ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ